ਚੱਲ ਵੀ ਥੱਤੇ ਸ਼ੁਰੂ ਹੋ ਜਾ। ਰਾਤ ਨੂੰ ਹਮਲਾ ਕਰਨ ਦੀ ਕੀ ਵਜ੍ਹਾ ਜੀ? ਉਸ ਆੜੇ ਸੁੱਤੇ ਹੋਣਗੇ। ਅੱਛਾ ਫੇਰ ਅਸੀਂ ਹਮਲਾ ਕਰ ਦਾਂਗੇ। ਉਹ ਭਾਈ ਜਾਨ ਨੂੰ ਪਾਕਿਸਤਾਨੀ ਫੌਜ ਆ, ਕੋਈ ਮਜ਼ਦੂਰ ਨੀ ਵੀ ਜਿਹੜੇ ਸਾਰੀ ਦਿਹਾੜੀ ਮਜ਼ਦੂਰੀ ਕਰਕੇ ਰਾਤ ਨੂੰ ਸੁੱਤੇ ਹੁੰਦੇ ਆ। ਫੇਰ ਕੀ ਕਰੀਏ? ਫੇਰ ਕੁਛ ਹੋਰ ਸੋਚੋ। ਛੁੱਟੀ ਵਾਲੇ ਦਿਨ ਹਮਲਾ ਕਰਾਂਗੇ। ਉਹ ਕਾਤੋਂ ਛੁੱਟੀ ਵਾਲੇ ਦਿਨ ਕਿਉਂ? ਉਹ ਸਾਰੇ ਛੁੱਟੀ ਤੇ ਹੋਣਗੇ। ਹੱਦ ਹੁੰਦੀ ਯਾਰ ਵੈਸੇ। ਹੁਣ ਕੀ ਹੋਇਆ? ਆ ਟੋਪੀ ਦੀ ਪਰਲੀ ਸਾਈਡ ਤੇ ਕੰਨੀ ਬੰਨੋ, ਉਰੇ ਨੂੰ ਉਲਰੀ ਜਾ ਰਹੀ ਹੈ। ਇੱਥੇ ਧੁੱਪ ਪੈਂਦੀ। ਉਹ ਯਾਰ ਹਮਲੇ ਦਾ ਦੱਸੋ ਕਿੱਦਾਂ ਕਰਨਾ ਫਿਰ? ਮੈਂ ਜਾ ਕੇ ਕਹੂੰ ਮੇਰੇ ਕੋਲੋਂ ਹਮਲਾ ਕਰਾ ਲਓ ਮਿਹਰਬਾਨੀ। ਹਾਂ ਤੇ ਉਹਨਾਂ ਨੇ ਕਹਿਣਾ ਉੱਥੇ ਪਰੇ ਹੋ ਕੇ ਕਰ ਲਾ। ਮੈਂ ਕੋ ਮੈਨੂੰ ਹਾਲੇ ਨਹੀਂ ਆਇਆ। ਯਾਰ ਕਿੱਦਾਂ ਕਰਨਾ ਦੱਸੋ? ਇੱਥੇ ਸਮਝ ਨਹੀਂ ਆਉਂਦੀ ਤੇ ਸੋਚੋ ਫਿਰ। ਤੂੰ ਤਾਂ ਕਿੱਦਾਂ ਕਰਾਂ? ਚਲੋ ਮੈਂ ਵੀ ਸੋਚਦਾ। ਆ ਸੋਚ, ਤੁਸੀਂ ਇੱਕ ਕੰਮ ਕਰੋ, ਤੁਸੀਂ ਨਾ ਪਹਿਲੇ ਇਕੱਲੇ ਜਾਓ। ਅੱਛਾ ਫੇਰ? ਫੇਰ ਉਹਨਾਂ ਕੋਲ ਇਜਾਜ਼ਤ ਲਵੋ ਹਮਲੇ ਦੀ। ਜੇ ਉਹਨਾਂ ਨਾ ਦਿੱਤੀ, ਉਹ ਤੁਸੀਂ ਕੋਸ਼ਿਸ਼ ਤਾਂ ਕਰਨਾ ਨਾ। ਯਾਰ ਇੱਦਾਂ ਉਹਨਾਂ ਨੂੰ ਗੁੱਸਾ ਚੜ ਜਾਣਾ। ਯਾਰ ਫੇਰ ਇੱਦਾਂ ਤਾਂ ਨਹੀਂ ਫਿਰ ਹਮਲਾ ਹੋਣਾ ਯਾਰ। ਇੱਕ ਹੋਰ ਤਰੀਕਾ। ਉਹ ਕੀ? ਐਟਮ ਬੰਬ ਮਾਰ ਦਿੰਦੇ ਆ। ਉਹ ਤੁਹਾਡੇ ਨਾਲੋਂ ਬਹੁਤਾ ਅੱਛਾ ਉਹਨਾਂ ਦੇ ਕੋਲ ਆ। ਚੱਲ ਫਿਰ ਰਹਿਣ ਦਿੰਦੇ ਆ। ਆਹੋ ਇੱਕ ਹੋਰ ਤਰੀਕਾ ਹੈਗਾ। ਕੀ ਜੀ? ਉਹ ਵੀ ਦੱਸ ਲਓ। ਉਹਨਾਂ ਜੀ ਕੀ ਇੱਟਾਂ ਮਾਰਾਂਗੇ ਜੁੜੋ ਖਲੋ ਕੇ। ਹਾਂ ਤੇ ਉਹ ਅੱਗੋਂ ਕੈਚ ਕਰੀ ਜਾਣਗੇ। ਯਾਰ ਵੇ ਤੂੰ ਕਿੱਥੇ ਪਾਸੇ ਆ ਤੇ ਸਹੀ। ਇਹ ਮੂੰਹ ਤਾਂ ਰੀਬਨ ਜਿਹਾ ਕਾਹਦਾ ਚੜਾਇਆ? ਵਰਦੀ ਆ। ਇਹ ਕਿਹੜੀ ਵਰਦੀ ਹੈ? ਕੀ ਆ ਤੈਨੂੰ? ਨਹੀਂ ਕੀ ਠੋਡੀ ਥੱਲੇ ਡਿੱਗ ਪੈਂਦੀ ਤੁਹਾਡੀ? ਇੱਕ ਹੋਰ ਤਰਕੀਬ ਆਈ ਆ। ਜਿੰਨੀਆਂ ਮਰਜ਼ੀ ਤੁਸੀਂ ਤਰਕੀਬਾਂ ਸੋਚ ਲਓ, ਉਹ ਨਹੀਂ ਸਾਡਾ ਧਿਆਨ ਲਈ। ਉਹ ਹਮਲਾ ਕਿੱਦਾਂ ਕਰਨਾ? ਇਹਦੇ ਮੈਂ ਨਹੀਂ ਕਰਨਾ। ਇਹ ਕਾਲਾ ਜਿਹਾ ਫੌਜੀ, ਇਹ ਕੌਣ ਆ ਤੁਹਾਡੇ ਨਾਲ ਖੜਾ? ਇਹ ਮਰਾਸੀ ਆਂ ਦਾ ਮੁੰਡਾ। ਇੱਥੇ ਕਰਦਾ ਬੈਂਡ ਵਜਾਉਂਦਾ। ਇਹਨੇ ਵੀ ਹਮਲਾ ਕਰਨਾ ਨਾਲ? ਇਹਨੂੰ ਪਹਿਲੇ ਟਰਾਈ ਦੇ ਤੌਰ ਤੇ ਭੇਜਾਂਗੇ। ਕੀ ਕਰਨ? ਮੁਖਬਰੀ। ਤੇ ਜੇ ਫੜਿਆ ਗਿਆ ਉਹਨਾਂ ਨੇ ਮਾਰਤਾ ਫਿਰ? ਮਾਰ ਦੇਣ ਮੇਰੇ ਕੋ ਇਦਾਂ ਦਾ ਇੱਕ ਹੋਰ ਵੀ ਹੈਗਾ ਵਾ। ਯਾਰ ਹੁਣ ਕੀ ਕਰਨਾ ਫਿਰ? ਯਾਰ ਕਰਨਾ ਕੱਖ ਵੀ ਨਹੀਂ ਤੇ ਫਿਰ ਐਵੇਂ ਬਸ। ਤੁਹਾਨੂੰ ਪਤਾ ਨਾ ਪਾਕਿਸਤਾਨੀ ਫੌਜ ਦਾ? ਯਾਰ ਮੈਨੂੰ ਪਤਾ ਵਾ। ਡਰ ਨੀ ਲੱਗਦਾ ਉਹਨਾਂ ਕੋ? ਬਹੁਤ ਲੱਗਦਾ ਵਾ। ਤੇ ਫਿਰ ਰਹਿਣ ਦੇ ਯਾਰ, ਫੇਰ ਕਦੀ ਚਾਹੀ?